ਕੋਈ ਲੈ ਕੇ ਆਏ ਆ ਚਾਈ ਮੈਂ ਪਹਿਲਾਂ ਕਦੀ ਵੀ ਨਹੀਂ ਕੀਤੀ ਚੈੱਕ ਕਰੋ ਆ ਲਓ ਇਹ ਹੈ ਜੀ ਮੋਜ਼ਿਨ ਨਗੈਂਡ ਮੇਡ ਇਨ ਰਸ਼ੀਆ ਅਤੇ ਈਅਰ ਇਹਦਾ 1937 ਮੇਡ ਬਾਏ ਟੂਲਾ ਅਤੇ ਮੋਜ਼ਿਨ ਨਗੈਂਡ ਜਿਹੜੀ ਬਣਾਈ ਗਈ ਸੀ ਨਾ ਚਲੋ ਗੰਨ ਬਾਰੇ ਮੈਂ ਹੁਣੇ ਦੱਸਣਾ ਬਟ ਮੈਂ ਕਹਿਣਾ ਚਾਹਾਂਗਾ ਜੇ ਕਿਸੇ ਨੂੰ ਵੀਡੀਓਜ਼ ਹਿੰਦੀ 'ਚ ਪਸੰਦ ਨੇ ਇੱਕ ਚੈਨਲ ਆਪਣਾ ਹਿੰਦੀ ਵਾਲਾ ਵੀ ਹੈਗਾ ਮੈਂ ਜਿਹੜਾ ਇਹ ਡਿਸਕ੍ਰਿਪਸ਼ਨ 'ਚ ਉਹਦਾ ਨਾਮ ਪਾ ਦੇਣਾ ਤੁਸੀਂ ਉਹ ਚੈੱਕ ਕਰ ਲਓ ਪਰ ਪੰਜਾਬੀ ਵਾਸਤੇ ਤਾਂ ਸਾਰਾ ਕੁਛ ਇੱਥੇ ਮੈਂ ਪਾਵਾਂਗਾ ਸੋ ਐਨੀਵੇਜ਼ ਗੰਨ ਤੇ ਆਉਂਦੇ ਹਾਂ ਨਾਮ ਹੈ ਜੀ ਇਹਦਾ ਮੋਜ਼ਿਨ ਨਗੈਂਡ ਮੇਡ ਇਨ ਯੂ ਐੱਸ ਐੱਸ ਆਰ ਸੋਵੀਅਤ ਰਸ਼ੀਆ ਜਿਹਨੂੰ ਕਹਿੰਦੇ ਆ 1937 'ਚ ਬਣਾਈ ਗਈ ਹੈ ਇਹ ਗੰਨ ਸੀ ਜਿਹੜੀ ਇਹ ਜਦੋਂ ਬਣੀ ਪਹਿਲੀ ਵਾਰ ਸ਼ੁਰੂ ਹੋਈ 1891 ਦੇ ਵਿੱਚ ਅਤੇ ਉਸ ਤੋਂ ਬਾਅਦ ਕਈ ਬਦਲਾਵ ਆਏ ਬਟ ਵਰਲਡ ਵਾਰ 1 ਵਰਲਡ ਵਾਰ 2 ਅਤੇ ਹੋਰ ਵੀ ਕਈ ਥਾਵਾਂ 'ਤੇ ਬੜੇ ਬਹੁਤ ਵਾਰ 'ਚ ਯੂਜ਼ ਹੋਈ ਹੈ ਬੋਲਟ ਐਕਸ਼ਨ ਹੈ ਇਹਦਾ ਅਤੇ ਗੰਨ ਦੀ ਐਕੂਰੇਸੀ ਕਹਿੰਦੇ ਇੰਨੀ ਹੀ ਕਈਆਂ ਦੀ ਅਤੇ ਇਹਨਾਂ ਨੇ ਈਵਨ ਇੱਕ ਗੰਨ ਇਹਨਾਂ ਦੀ ਪੀ ਯੂ ਸਨਾਈਪਰ ਲੈ ਕੇ ਸਨਾਈਪਰ 'ਚ ਵੀ ਯੂਜ਼ ਹੋਣੀ ਚਾਹੀਏ ਆ ਦਿਸ ਵਨ ਇਹ ਸਨਾਈਪਰ 'ਚ ਨਹੀਂ ਯੂਜ਼ ਹੋਈ ਪਰ ਕਈ ਇਹ ਸੇਮ ਹੀ ਮੋਡਲਸ ਨੇ ਉਹ ਸਨਾਈਪਰ 'ਚ ਵੀ ਇਹਨੂੰ ਯੂਜ਼ ਕੀਤਾ ਐਜ਼ ਅ ਸਨਾਈਪਰ ਅਤੇ ਮੈਂ ਪਹਿਲਾਂ ਇਹ ਜਿਹੜੀ ਕਦੀ ਨਹੀਂ ਟਰਾਈ ਕੀਤੀ ਐਮੂ ਇਹਦਾ ਉਹਦਾ ਜੀ 7.62x54 ਆ ਵਿਖਾਉਣਾ ਤੁਹਾਨੂੰ ਮੈਂ ਐਮੂ ਯੂਜ਼ ਕਰ ਰਹੇ ਹਾਂ ਆਪਾਂ ਅਤੇ ਮੈਗਜ਼ੀਨ ਇਹਦੀ ਥੱਲੇ ਆ ਅਟੈਚਡ ਮੈਗਜ਼ੀਨ ਹੈ ਇੱਦਾਂ ਐਮ ਟੀ ਜੇ ਕੋਈ ਐਮ ਟੀ ਕਰਨੀ ਹੋਏ ਲੋੜ ਤੁਸੀਂ ਇੱਥੋਂ ਵੀ ਕਰ ਸਕਦੇ ਹੋ ਬਟ ਮੈਂ ਉੱਤੋਂ ਕਰਕੇ ਰਾਜ਼ੀ ਹਾਂ ਅਤੇ ਬਸ ਜੀ ਆਹ ਸਾਈਡਸ ਨੇ ਇਹਦੀ ਆਇਰਨ ਸਾਈਡਸ ਦੇਖ ਸਕਦੇ ਹੋ ਤੁਸੀਂ ਪਹਿਲਾਂ ਇੱਕ ਮੇਰੇ ਕੋਲ ਸੀਗੀ ਬਹੁਤ ਪਹਿਲਾਂ ਉਹ ਸਕੋਪ ਵਾਲੀ ਸੀ ਬਟ ਆਈ ਠੀਕ ਹੈ ਅਤੇ ਮੇਰਾ ਮੰਨਣਾ ਉਹ ਕਰੀਏ ਟਰਾਈ ਟਾਰਗੇਟ ਹੋ ਰਿਹਾ ਆਪਣਾ ਅਤੇ ਮੈਂ ਨਿਸ਼ਾਨ ਲਾਏ ਨੇ 25 ਮੀਟਰ 50 ਮੀਟਰ 75 ਮੀਟਰ ਅਤੇ ਫਿਰ 100 ਮੀਟਰ ਵੇਖਦੇ ਹਾਂ ਕਿੰਨੇ ਕੁ ਐਕੋਰੇਟ ਹੈ ਅਤੇ ਆਓ ਦਿਨ ਸੋਹਣਾ ਚੜਿਆ ਅੱਜ ਸਨੋਜ ਆ ਰਹੀ ਹੈ ਆਓ ਕਰੀਏ ਟਰਾਈ ਇੱਕਦਮ ਦੋ ਕੁ ਤਿੰਨ ਕੁ ਦਿਨ ਹੋ ਗਏ ਨੇ ਵੈਦਰ ਵਧੀਆ ਹੋ ਗਿਆ ਅਤੇ ਸਨੋ ਕਾਫੀ ਹੱਦ ਤੱਕ ਚਲੀ ਗਈ ਹੈ ਬਟ ਨੈਕਸਟ ਵੀਕ ਇਹਨਾਂ ਨੇ ਫਿਰ ਦੱਸੀ ਥੋੜ੍ਹੀ ਬਹੁਤ ਸਨੋ ਫਿਰ ਆਉਣੀ ਹੈ ਥੋੜ੍ਹਾ ਜਿਹਾ ਠੰਡ ਰਹੇਗੀ ਕੁਛ ਲੋਡ ਕਰਨ ਦਾ ਤਰੀਕਾ ਸੌਖਾ ਵਨ ਕਰਕੇ ਪਾਵਾਂਗੇ ਠੀਕ ਹੈ ਜੀ ਸੇਫਟੀ ਇਹਦੀ ਇੱਦਾਂ ਆ ਸੇਫ ਹੋ ਗਈ ਅਤੇ ਆ ਅਨਸੇਫ ਅਤੇ ਆਹ ਜਿਹੜਾ ਇਹਦਾ 100 ਮੀਟਰ 200 ਮੀਟਰ 300 ਮੀਟਰ ਇਹ ਤੁਸੀਂ ਇਹਨੂੰ ਐਡਜਸਟ ਕਰ ਸਕਦੇ ਹੋ ਵੀ ਕਿੰਨੀ ਦੂਰ ਹੋ ਅਤੇ ਆਪਾਂ 100 ਕੁ ਮੀਟਰ 'ਤੇ ਰਹਿਣ ਦਿੰਦੇ ਹਾਂ ਅਤੇ ਲੋਕ ਕਰੀਏ ਟਰਾਈ ਜੀ ਹੋਰ ਵੀ ਕਰਨੇ ਆ ਥੋੜ੍ਹੀ ਥੋੜ੍ਹੀ ਪਿੱਛੇ ਪਿੱਛੇ ਦੂਰ ਦੂਰ ਜਾ ਕੇ ਲਓ ਜੀ ਆਓ ਹੁਣ ਆਪਾਂ 25 ਮੀਟਰ 'ਤੇ ਹਮੇ ਨਿਸ਼ਾਨੀ ਲਾਈ ਹੈ ਥੱਲੇ ਅਤੇ ਆਓ ਆਪਾਂ ਚੱਲਦੇ ਹਾਂ 50 ਮੀਟਰ 'ਤੇ ਅਤੇ ਉੱਥੋਂ ਫਿਰ ਟਰਾਈ ਕਰਦੇ ਹਾਂ ਕੀ ਚੀਜ਼ ਮੇਰਾ ਫਰੈਂਡ ਬੈਠਾ ਜੀ ਆਪਾਂ ਆ ਗਏ ਹੁਣ 50 ਮੀਟਰ 'ਤੇ ਦੇਖਣੇ ਕਿੰਨੇ ਕੁ ਐਕੂਰੇਟ ਹੈ ਪਹਿਲਾਂ ਖੜ੍ਹੇ ਹੋ ਕੇ ਟਰਾਈ ਕਰਾਂਗਾ ਨਹੀਂ ਤਾਂ ਫਿਰ ਬਹਿ ਕੇ ਥੋੜ੍ਹਾ ਜਿਹਾ ਬੰਦਾ ਸਟੇਬਲ ਹੋ ਜਾਂਦਾ ਫਿਰ ਬਹਿ ਕੇ ਟਰਾਈ ਕਰਾਂਗੇ ਇਹ ਹੋ ਗਿਆ ਹੁਣ ਆਪਣਾ 50 ਮੀਟਰ ਆਹ ਹੁਣ 75 ਮੀਟਰ 'ਤੇ ਚੱਲਦੇ ਹਾਂ
ਦੋਸਤ ਨੂੰ। Good. 75 meters. थोड़ा जो स्टेबल हो जाएगा। दूजी गल स्कोप हैगा नहीं इन्नी दूरों, हम टारगेट भी ठीक नहीं दसता आप। आई थिंक ओदी ओ चैन तो वज गई साइड से, तो एक पास टुट गई, पर चलो वज गुड हिट। सौ मीटर से चलने टारगेट बट कर सकने ट्राई। लगता उन्हें ना रेड पेंट करना चाहिए टारगेट नू, एटलीस्ट दूरों दिसते जाए। वो येलो है, येलो ही पीछे मिट्टी है, कुछ पता ही नहीं लग रहा। दो शॉट रह गए ने अपने को, तो मैं मुका के चलांगे ना। मेरे को आई थिंक कलर हैगा, मैं कलर कर सकना बाद चो। एनीवे चलो इदा एक ना ट्राई करना पैसा। उधर वेखो जरा, हम मैं पेंट करके आया जो टारगेट एवं उतो दिसता ही नहीं, येलो कलर का ही, येलो ही पिछे मिट्टी है। हम आई थिंक रेड पता नहीं वीडियो दिसता है कि नहीं, बट आई होप दिसता है।
ਮੈਨੂੰ ਤਾਂ ਦਿਸਦਾ ਹੈ ਥੋੜਾ ਈਜ਼ੀ ਰਹੇਗਾ ਨਿਸ਼ਾਨਾ ਲਾਉਣ 'ਚ। ਅਤੇ ਆਓ ਐਮੋ ਆਇਆ ਆਪਣਾ, ਅਤੇ ਥੋੜ੍ਹੇ ਜਿਹੇ ਛੋਟ ਹੋਰ ਆਪਾਂ ਟਰਾਈ ਕਰੀਏ, ਫਿਰ ਆਪਾਂ ਇਹਨੂੰ ਕੋਲ ਇੱਕ ਡੇ ਜੇ ਫਾਈਵ ਸ਼ੋਟ ਕਰਨੇ ਆ ਟਰਾਈ, ਜਦੋਂ ਵੱਜ ਗਈ ਉਦੋਂ ਹੀ ਠੀਕ ਹੈ, ਜੇ ਨਾ ਵੱਜੀ ਤਾਂ ਫਿਰ ਮੇਰੀ ਕੋਈ ਗਲਤੀ ਨਹੀਂ, ਗਨ 'ਚ ਹੀ ਪ੍ਰੋਬਲਮ ਹੈ ਕੋਈ ਨਾ ਕੋਈ। ਠੀਕ ਹੈ, ਆ ਜਾਓ, ਆਪਣੀ ਨਹੀਂ ਗਲਤੀ ਮੰਨਣੀ ਆਪਾਂ। ਸੌ ਮੀਟਰ ਵਧੀਆ ਕਾਫੀ ਹੋ। ਅੱਜ ਲਈ ਇੰਨਾ ਹੀ ਦੋਸਤੋ, ਅਤੇ ਮੋਜ਼ਿਨ ਨਗੈਂਟ $300 ਦੀ ਲਈ ਸੀ ਮੈਂ, ਅਤੇ ਅੱਜ ਦੇ ਟਾਈਮ 'ਚ ਦਾ ਰੇਟ ਜਿਹੜਾ 450 to 600 ਤੱਕ ਚੱਲਦਾ ਪਿਆ, ਅਤੇ ਜੇ ਇਹਦੇ 'ਚ ਤੁਸੀਂ ਸਨਾਈਪਰ ਵਾਲੀ ਲੱਭੋ ਤਾਂ ਉਹ ਆਈ ਥਿੰਕ 1000+ ਚੱਲਦੀ ਹੈ, ਅਤੇ ਮੇਡ ਇਨ ਰਸ਼ੀਆ USSR, ਬਹੁਤ ਹੀ ਫੇਮਸ ਆਰਮੀ ਗਨ, ਬਹੁਤ ਆਰਮੀ ਬਹੁਤ ਵਾਰ 'ਚ ਯੂਜ਼ ਹੋਈ ਹੈ, ਅਤੇ ਜੇ ਤੁਹਾਡਾ ਕਿਤੇ ਹੱਥ ਪਏ ਤਾਂ ਜ਼ਰੂਰ ਲੈ ਲਓ। ਫਨ ਟੂ ਯੂਜ਼ ਹੈ, ਥੋੜ੍ਹਾ ਜਿਹਾ ਯੂਜ਼ ਟੂ ਹੋਣਾ ਪੈਂਦਾ ਲੋਂਗ ਰੇਂਜ 'ਤੇ ਵੀ, ਥੋੜ੍ਹਾ ਲੈਫਟ 'ਚ ਰੱਖੀਏ ਰਾਈਟ 'ਚ ਰੱਖੀਏ, ਬਟ ਅਦਰ ਦੈਨ ਦੈਟ ਸੋਹਣੀ ਗੱਲ ਹੈ। ਅਤੇ ਅੱਜ ਲਈ ਇੰਨਾ ਹੀ, ਥੈਂਕ ਯੂ ਵੈਰੀ ਮੱਚ, ਫਿਰ ਮਿਲਦੇ ਹਾਂ।